हां जी ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇੱਕ ਬਹੁਤ ਜ਼ਰੂਰੀ ਗੱਲ ਕਰਨ ਜਾ ਰਿਹਾ ਹਾਂ ਕਿਸ ਤਰ੍ਹਾਂ ਔਰ ਕਿਸੀ ਕੰਟਰੀ ਸਾਨੂੰ ਸਿਲੈਕਟ ਕਰਨੀ ਚਾਹੀਦੀ ਹੈ ਅਬ੍ਰੋਡ ਦੇ ਵਿੱਚ ਕਿਸ ਤਰ੍ਹਾਂ ਭਵਿਕ ਬਣ ਸਕਦਾ ਹੈ ਤੁਹਾਡਾ ਅੱਜ ਆਪਾਂ ਡਿਸਕਸ ਕਰਾਂਗੇ ਹੁਣ ਜਿਸ ਤਰ੍ਹਾਂ ਨਿਊ ਟ੍ਰੈਂਡ ਦੇਖਣ ਵਿੱਚ ਆ ਰਿਹਾ ਹੈ ਕੈਨੇਡਾ ਦੇ ਵਿੱਚ ਜੀਆਈਸੀ ਡਬਲ ਕਰ ਦਿੱਤੀ ਹੈ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅੱਜ ਦੇ ਟਾਈਮ 'ਚ ਔਖੀਆਂ ਬੱਚੇ ਨੂੰ ਉੱਥੇ ਏਮਪਲੋਇਮੈਂਟ ਨਹੀਂ ਹੈ ਆ ਰਾਈਟ ਗਾਈਡੈਂਸ ਨੇ ਮਿਲ ਰਿਹਾ ਆਸਟ੍ਰੇਲੀਆ ਦੀ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ ਵੀਜ਼ਾ ਰਿਫਿਊਜ਼ਲ ਪੰਜਾਬ ਹਰਿਆਣਾ ਦਾ ਬਹੁਤ ਜ਼ਿਆਦਾ ਹੈਗਾ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਹੈ ਔਰ ਐਸੀ ਡਾਕੂਮੈਂਟੇਸ਼ਨ ਹੈ ਜਿਹੜੀ ਕਿ ਹਰ ਇੱਕ ਸਟੂਡੈਂਟ ਪੂਰੀ ਨਹੀਂ ਕਰ ਸਕਦਾ ਫੰਡ ਰਿਕੁਆਇਰਮੈਂਟ ਨੂੰ ਲੈ ਕੇ ਦੇਖ ਲਓ ਜਾਂ ਆਈਟੀਆਰਸ ਨੂੰ ਲੈ ਕੇ ਦੇਖ ਲਓ ਬਹੁਤ ਸਾਰੇ ਪੇਰੈਂਟਸ ਦੀ ਆਈਟੀਆਰ 10 ਲੱਖ ਤੋਂ ਉੱਪਰ ਨਹੀਂ ਹੁੰਦੀਆਂ 3 3 4 4 ਲੱਖ ਹੁੰਦੀਆਂ ਰਿਵਾਈਜ਼ ਕਰवानी ਪੈਂਦੀਆਂ ਫਿਰ ਸੇਮ ਇਅਰ 'ਚ ਅਗਰ ਤੁਸੀਂ ਦੋ ਆਈਟੀਆਰ ਰਿਵਾਈਜ਼ ਕਰਾਣੇ ਉਹ ਵੀ ਆਸਟ੍ਰੇਲੀਆ ਨਹੀਂ ਲੈ ਰਿਆ देयर ਆ ਲਾਟਸ ਆਫ ਹਰਡਲ ਥਰਡ ਕੰਟਰੀ ਦੀ ਆਪਾਂ ਗੱਲ ਕਰੀਏ ਯੂਕੇ ਯੂਕੇ ਦੇ ਵਿੱਚ ਅਨ EMPLOYMENT ਬਹੁਤ ਜ਼ਿਆਦਾ ਹੋ ਚੁੱਕੀ ਹੈ ਬੱਚੇ ਗ੍ਰੈਜੂਏਸ਼ਨ ਕੋਰਸੇਸ ਦੇ ਵਿੱਚ ਜਾਂਦੇ ਆ ਡ੍ਰੌਪ ਆਊਟ ਕਰ ਦਿੰਦੇ ਆ 17-18 ਲੱਖ ਸਾਲ ਦੀ ਫੀਸ ਹੁੰਦੀ ਹੈ ਬਹੁਤ ਸਾਰੀਆਂ ਫੈਮਿਲੀਜ਼ ਨਹੀਂ ਪੇ ਕਰ ਸਕਦੀਆਂ ਕਿਉਂਕਿ ਦੇਖਿਆ ਜਾਂਦਾ ਕਿ ਆਮ ਪਹਿਲੀ ਵਾਰੀ ਸਭ ਨੇ ਪੈਸੇ ਇਕੱਠੇ-ਕੁੱਠੇ ਕਰਕੇ ਲਗਾਣੇ ਹੁੰਦੇ ਆ ਤਾਂ ਸੈਕਿੰਡ ਟਾਈਮ ਦੀ ਫੀਸ 15 ਤੋਂ 18 ਲੱਖ ਨਹੀਂ ਦੇ ਸਕਦਾ ਬੱਚਾ ਮੋਰਓਵਰ ਯੂਕੇ ਨੇ ਸਪਾਊਸ ਬੰਦ ਕਰ ਦਿੱਤਾ ਉਹਨਾਂ ਅਗਰ ਅਸੀਂ ਐਨਾਲਿਸਿਸ ਕਰੀਏ ਇਹਨਾਂ ਤਿੰਨਾਂ ਕੰਟਰੀਆਂ ਤੋਂ ਇਲਾਵਾ ਤਾਂ ਬਚਦਾ ਹੈ ਯੂਰਪ ਯੂਰਪ ਇੱਕ ਬਹੁਤ ਅੱਛਾ ਕੰਟੀਨੈਂਟ ਹੈ ਜਿੱਥੇ ਤੁਸੀਂ ਆਪਣਾ ਭਵਿੱਖ ਬਣਾ ਸਕਦੇ ਹੋ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਇੰਪਲੋਏਬਿਲਟੀ ਬਹੁਤ ਜ਼ਿਆਦਾ ਹੈ ਇੱਥੇ ਹਲੇ ਰਸ਼ ਨਹੀਂ ਪਿਆ ਜਿਸ ਤਰ੍ਹਾਂ ਕੈਨੇਡਾ ਆਸਟ੍ਰੇਲੀਆ ਯੂਕੇ ਤਾਂ ਰਿਸੋਰਸਸ ਆਲਰੇਡੀ ਫੁੱਲ ਹੋ ਚੁੱਕੇ ਨੇ ਐਗਜ਼ੌਸਟ ਹੋ ਚੁੱਕੇ ਹੈ ਰਸ਼ ਪੈ ਚੁੱਕਾ ਹੈਗਾ ਸੋ ਗੱਲ ਕਰੀਏ ਸਾਡੇ ਕੋਲ ਅਗਰ ਤੁਸੀਂ ਫੈਮਿਲੀ ਨਾਲ ਜਾਣਾ ਚਾਹੁੰਦੇ ਹੋ ਹਸਬੈਂਡ ਵਾਈਫ ਬੱਚੇ ਇਕੱਠੇ ਜਾਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਡੈਨਮਾਰਕ ਹੈ ਫਿਨਲੈਂਡ ਹੈ ਸਵੀਡਨ ਹੈ ਇਸ ਤੋਂ ਇਲਾਵਾ ਸਾਡੇ ਕੋਲ ਵੀ ਆਰ ਇਨਟੂ ਨੀਦਰਲੈਂਡਸ ਵੀ ਆਰ ਇਨਟੂ ਮਾਲਟਾ ਮਾਲਟਾ ਦੇ ਵਿੱਚ ਰੋਲਿੰਗ ਇਨ ਟੈਕ ਹੈਗੇ ਹੈ ਹਰ ਮੰਥ ਆਲਮੋਸਟ ਸਾਡੇ ਕੋਲ ਮਾਲਟਾ ਦੇ ਵਿੱਚ ਅਵੇਲੇਬਲ ਹੈ ਔਰ ਤੁਹਾਨੂੰ ਦੋ ਤੋਂ ਤਿੰਨ ਮਹੀਨੇ ਦੇ ਵਿੱਚ ਅਸੀਂ ਮਾਲਟਾ ਹੈਲਪ ਕਰ ਸਕਦੇ ਮਾਈਗ੍ਰੇਟ ਕਰਨ ਦੇ ਵਿੱਚ ਆ ਆਇਲਸ ਨਹੀਂ ਕੀਤਾ ਪੀਟੀ ਨਹੀਂ ਕੀਤਾ ਫਿਰ ਵੀ ਤੁਸੀਂ ਮਾਲਟਾ ਮਾਈਗ੍ਰੇਟ ਕਰ ਸਕਦੇ ਹੋ ਮੀਡੀਅਮ ਆਫ ਇਨਸਟਰਕਸ਼ਨ ਦੇ ਬਿਹਾਫ ਤੇ ਘੱਟ ਬਜਟ ਹੈ ਆਪਾਂ ਲਾਤਵੀਆ ਕਰ ਸਕਦੇ ਆ ਦੇਖੋ ਇਹ ਸਾਰੀਆਂ ਸ਼ੈਂਜਨ ਕੰਟਰੀਜ਼ ਨੇ 27 ਦੇਸ਼ ਬਿਨਾ ਵੀਜ਼ਾ ਕਮ ਸਕਦੇ ਹੈਗੇ ਆਂ ਬਹੁਤ ਇਕਨੋਮਿਕਲੀ ਸਟਰੋਂਗ ਕੰਟਰੀਜ਼ ਨੇ ਲਾਤਵੀਆ ਮਾਲਟਾ ਹੰਗਰੀ ਕਰ ਰਹੇ ਆ ਆਪਾਂ ਇਸ ਤੋਂ ਇਲਾਵਾ ਫਿਨਲੈਂਡ ਡੈਨਮਾਰਕ ਸਵੀਡਨ ਜਰਮਨੀ ਕਰ ਰਹੇ ਹੈਗੇ ਆ ਇਟਲੀ ਕਰ ਰਹੇ ਆ ਸਪੇਨ ਵੀ ਹੈਵ ਇਨ ਦਾ ਲਿਸਟ ਬੈਲਜੀਅਮ ਕਰ ਰਹੇ ਹੈਗੇ ਆ ਸੋ ਇੱਕ ਵਾਰ ਵੈਨ ਯੂਅਰ ਇੰਗਲਿਸ਼ ਤੇ ਜ਼ਰੂਰ ਵਿਜ਼ਿਟ ਕਰੋ ਸਿਰਫ ਕੈਨੇਡਾ ਆਸਟ੍ਰੇਲੀਆ ਯੂਕੇ ਹੀ ਨਹੀਂ ਹੈ ਇਹਨਾਂ ਤੋਂ ਇਲਾਵਾ ਟੋਟਲੀ ਕੰਟੀਨੈਂਟ ਜਿਹੜਾ ਯੂਰਪ ਦਾ ਹੈ ਉਹ ਬਹੁਤ ਫੁੱਲਫਿਲਡ ਹੈਗਾ ਤੁਸੀਂ ਇੱਥੇ ਜਾ ਕੇ ਆਪਣਾ ਭਵਿੱਖ ਬਣਾ ਸਕਦੇ ਹੋ ਬਹੁਤ ਸਾਰੇ ਵੈਲਕਮਿੰਗ ਕੰਟਰੀਜ਼ ਨੇ ਫੈਮਿਲੀ ਵੈਲਕਮਿੰਗ ਕੰਟਰੀਜ਼ ਨੇ ਇਕਨੋਮਿਕਲੀ ਸਟਰੋਂਗ ਹੈ ਔਰ ਜਸਟ ਕੰਸਲਟ ਅਸ ਕਾਲਰ 7973160270 ਅੱਜ ਹੀ ਸੰਪਰਕ ਕਰੋ ਵਿਨਿਊਰ ਇੰਗਲਿਸ਼ ਦੀ ਟੀਮ ਦੇ ਨਾਲ ਔਰ ਆਪਣਾ ਭਵਿੱਖ ਅਬ੍ਰੋਡ ਦੇ ਵਿੱਚ ਸੁਨਹਿਰੀ ਬਣਾਓ ਥੈਂਕ ਯੂ